ਤੇ ਕਹਿੰਦੇ ਉਸ ਜ਼ੁਲਮ ਨੂੰ ਦੂਰ ਕਰਕੇ ਆ ਮੇਰੇ ਮਾਲਕ ਤੈਨੂੰ ਦਰਦ ਨਹੀਂ ਆਇਆ ਪਾਤਸ਼ਾਹ ਨੇ ਤੇ ਬਾਣੀ ਅਹਿਮਦਾਬਾਦ ਦੀ ਧਰਤੀ ਸਾਧ ਸੰਗਤ ਉਚਾਰਨ ਕੀਤੀ ਹੈ ਸੋ ਆਓ ਇਸ ਪਾਵਨ ਪੁੱਤਰ ਬਾਣੀ ਨੂੰ ਸਾਰੇ ਨੇ ਗਾਇਨ ਕਰੀਏ ਜੀ ਆਓ ਜੁੜੀਏ ਗੁਰੂ ਚਰਨਾਂ ਵਿੱਚ ਕੋਈ ਰਸਨਾ ਵਾਜੀ ਨਹੀਂ ਨਾ ਆਇਆ ਤੈ ਕੀ ਦਰਦ ਦਾ Thank you.
Thank you.
ਬਾਣੀ ਸੁਣਨ ਦਾ ਫਾਇਦਾ ਤਾਂ ਹੀ ਹੈ ਜੇਕਰ ਕਿਤੇ ਇਹ ਪੰਕਤੀਆਂ ਸਾਡੇ ਹਿਰਦੇ ਵਿੱਚ ਵਸ ਜਾਣ ਸਭਨਾ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਕਿ ਮੈਨੂੰ ਇੰਝ ਲੱਗਦਾ ਹੈ ਕਿ ਪੰਡਾਲ ਹਾਲ ਦੇ ਵਿੱਚ ਸੰਗਤ ਬੈਠੀ ਹੋਈ ਜਿਹੜੀ ਘੱਟ ਹੈ ਪਰ ਬਾਹਰ ਖੜੀ ਸੰਗਤ ਜ਼ਿਆਦਾ ਹੈ ਸੋ ਜਿੱਥੇ ਤੱਕ ਦਾਸ ਦੀ ਆਵਾਜ਼ ਜਾ ਰਹੀ ਹੈ ਇਹ ਬੇਨਤੀ ਹੈ ਕਿ ਜੇਕਰ ਆਪ ਜੀ ਪਿਤਾ ਦੇ ਨਾਲ ਇਕਾਗਰਚਿਤ ਹੋ ਕਰਕੇ ਸਰਵਣ ਕਰੋਗੇ ਤੇ ਸਾਧ ਸੰਗਤ ਸਾਨੂੰ ਵੀ ਜਿਹੜਾ ਉਹ ਸਰਵਣ ਕਰਾਉਣ ਦਾ ਆਨੰਦ ਆਵੇਗਾ ਜੇ ਟਿਕਾ ਹੈ ਤਾਂ ਹੀ ਉਹ ਆਨੰਦ ਬਣ ਸਕਦਾ ਨਹੀਂ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੰਦੇ ਹਾਂ ਕਿ ਆਏ ਤਾਂ ਅਸੀਂ ਇੱਥੇ ਪੁਨਰ ਕੱਢਣ ਵਾਸਤੇ ਹਾਂ ਪਰ ਕਿਸੇ ਜੁੜੇ ਹੋਏ ਦੀ ਲੀਵ ਤੋੜ ਕਰਕੇ ਅਸੀਂ ਇੱਥੋਂ ਪਾਪ ਵੀ ਕਮਾ ਕੇ ਜਾਂਦੇ ਹਾਂ ਪੁਣ ਕੇ ਬੜੀ ਦੂਰ ਦੀ ਗੱਲ ਤੇ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਆਪਣੇ ਨਾਲ ਕਿਸੇ ਹੋਰ ਦੀ ਵੀ ਸੁਰਤ ਨਾ ਤੋੜੀਏ ਸੋ ਇਹ ਬੇਨਤੀ ਹੈ ਕਿ ਜਿਤਨੀ ਵੀ ਸੰਗਤ ਪੰਡਾਲ ਹਾਲ ਦੇ ਵਿੱਚ ਮੌਜੂਦ ਹੈ ਕਿਰਪਾ ਕਰੋ ਕਿ ਜੇਕਰ ਬਾਣੀ ਯਾਦ ਹੈ ਹੋ ਸਕੇ ਤੇ ਨਾਲ ਗਾਇਨ ਕਰੋ ਬਹੁਤ ਆਨੰਦ ਆਵੇਗਾ ਆਪ ਜੀ ਨੂੰ ਵੀ ਦਾਸਰਿਆਂ ਨੂੰ ਵੀ ਸਾਨੂੰ ਵੀ ਪਰ ਜੇ ਨਹੀਂ ਤੇ ਇਕਾਗਰਚਿਤ ਹੋ ਕਰਕੇ ਸਰਵਣ ਕਰੋ ਤਾਂ ਜਿਹੜਾ ਮਾਹੌਲ ਹੈ ਉਹ ਅੰਤ ਬਣ ਸਕੇ ਆਓ ਜੁੜੀਏ ਗੁਰੂ ਚਰਨਾਂ ਵਿੱਚ ਇਹ ਅਰਦਾਸ ਸਤਿਗੁਰੂ ਸਤਿਗੁਰਾਂ ਦੇ ਚਰਨਾਂ ਵਿੱਚ ਕਰੀਏ ਕਿ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ ਤੇ ਇਹ ਪੰਕਤੀਆਂ ਆਪ ਜੀ ਦੀਆਂ ਹਨ ਕਿ ਆਖਾਂ ਜੀਵਾਂ ਵਿਸਰ ਮਰ ਜਾਓ ਇਹ ਅਵਸਥਾ ਕਿਤੇ ਮੇਰੇ ਜੀਵਨ ਦੇ ਵਿੱਚ ਬਣ ਜਾਵੇ ਕਿ ਜੇਕਰ ਆਪ ਜੀ ਦਾ ਨਾਮ ਮੇਰੇ ਹਿਰਦੇ ਵਿੱਚ ਹੈ ਮੇਰੇ ਜੀਵਨ ਦੇ ਵਿੱਚ ਹੈ ਫਿਰ ਤੇ ਮੇਰੇ ਵਾਸਤੇ ਸਾਰੀਆਂ ਖੁਸ਼ੀਆਂ ਹਨ ਜੇ ਨਹੀਂ ਤੇ ਸਾਧ ਸੰਗਤ ਮੇਰੀ ਆਤਮਕ ਮੌਤ ਹੀ ਸੰਗਤ ਸੋ ਆਓ ਇਹ ਅਰਦਾਸ ਦਾਸ ਦੀ ਇਹ ਬੇਨਤੀ ਹੈ ਕਿ ਜੇਕਰ ਹੋ ਸਕੇ ਤੇ ਨਾਲ ਜ਼ਰੂਰ ਗਾਇਨ ਕਰੋ ਅੰਤ ਬਣੇਗਾ ਆਓ ਜੁੜੇ ਗੁਰੂ ਚਰਨਾਂ ਵਿੱਚ ਆਖਾ ਜੀਵਾ ਵਿਸਰੇ ਮਰ ਜਾਓ ਵਿਸਰੇ ਮਰ
نمسکار تاکو لکھ I'm
سوكي
سبحان الله
Thank you.
بخشش کردے ہیں کہندے او رسنا تن ہے جس رسنا دے نال مالک دے گناہ دا گائن ہوئے او رسنا تن نہیں ہے جڑے کی عام نتا پرتی کردے وچ بار ہور کتے کاما دے وچ چل دی ہے کیول تو کیول او رسنا تن پادشاہ نے کہی ہے جس رسنا تو مالک دے نال دا جاپ ہوئے سا رسنا تن تن ہے میری جندریے گن گاوے ہر پرب کیرے رام جڑی رسنا مالک دے گناہ نو گائن کر دیئے اور تن ہے سو آؤ ساتھ سنگت ایک واری کریے سارے رسنا پویتر جڑیے گل چرنا وچ جتنے بھی جی پنڈال دے موجود ہیں کوئی رسنا وانجی نہ لے آؤ جڑیے گل چرنا وچ اوپن سماپتی ہے واہ گرو واہ گرو واہ گرو واہ گرو
نانك تے مکھ اجلے